जलंधर विच मोबाइल उत्ते गल्लां करदी एक लड़की गली विचों जा रही सी। एने नू दो मोटरसाइकल सवार नौजवान पिछों आउंदे ने ते पलां विच ही मोबाइल खो लैंदे ने। जद तक लड़की नू कुछ समझ आउंदा कि उस दे नाल की वापरिया, एने नू मोबाइल चोर रफू चक्कर हो गए। मामला जलंधर दा है जिथों की घा मंडी चौंक नजदीक एक लड़की पढ़ के घर वापस जा रही सी। इस दौरान रस्ते विच ही लड़की ने अपने घर फोन लगा लिया। एने नू ही दो नौजवान मोटरसाइकिल ते पिछों आए अते मिंटां विच ही फोन खो के फरार हो गए अते लड़की देखदी ही रह गई। पर नौजवानां दी इह करतूत गली विच लगे सीसीटीवी कैमरे विच कैद हो गई। तुसी भी कैमरे विच देख सकदे हो कि किस तरह नौजवानां ने लड़की कोलों मोबाइल खोया। दस दईए कि जिथे ये घटना वापरी उस तो कुछ दूरी ते ही पुलिस चौंकी सी, पर फिर भी इन्हां नौजवानों ने बेखौफ तरीके नाल इस घटना नूं अंजाम दिता। पिछे दो बाइक के मुंडे से जो मैं वापस जा रही थी, मैं अपने पापा ने कॉल लगा रही थी कि मैं लैन आएंगे इतों चुनी तो पिछों अचानक ही आते पे तो आने फोन खो के लै गए। किन्ने जने से हो? दो जने से। मोटरसाइकिल से हो? कोई नंबर वगैरह देखे बाइक का? दोपहर का टाइम से? किन्ने बजे का टाइम है? कुछ सीसीटीवी फोटोज वगैरह देखी तो लागे छागे कैमरा है? हाँ, फोटो आई कैमरे के पुलिस कंप्लेट कराती तुम्हें? ਕਿਹੜਾ ਥਾਣਾ ਪੈਂਦਾ ਹੈ? ਕਿਹੜੀ ਜਗ੍ਹਾ ਲਾਗੇ ਛਾਗੇ ਕੀ ਪੈਂਦਾ ਜਿੱਥੇ ਤੁਹਾਡੀ ਵਾਰਦਾਤ ਹੋਈ ਹੈ? ਜਿੱਥੇ ਨਾਕਾ ਲੱਗਾ ਹੁੰਦਾ ਉਹ ਕੋਣ? ਠੀਕ ਹੈ। ਵਾਰਡ ਦੀ ਇੱਕ ਬੇਟੀ ਆ ਜਿਹੜੀ ਜੋਬ ਤੋਂ ਆ ਰਹੀ ਸੀ ਦੁਪਹਿਰ ਨੂੰ, ਅਚਾਨਕ ਦੋ ਜਿਹੜੇ ਲੜਕੇ ਆ ਦਿੱਤੇ ਖੜੇ ਸੀ ਘਾ ਮੰਡੀ ਰੋਡ ਤੋਂ, ਜਿਹੜਾ ਡੋਲੀ ਪਾਸ ਸੋਚ ਅੰਦਰ ਜਾ ਰਿਹਾ ਸੀ। ਉਹ ਬੇਟੀ ਨੂੰ ਦੱਸਿਆ ਘੰਟੇ ਬਾਅਦ ਵੀ ਅੰਕਲ ਮੇਰਾ ਫੋਨ ਚੁਰਾ ਕੇ ਲੈ ਗਏ, ਔਰ ਅਸੀਂ ਮਹੱਲੇ ਦੀ ਮਦਦ ਨਾਲ ਸੀ ਸੀਟੀਵੀ ਕੈਮਰੇ ਚੈੱਕ ਕੀਤਾ। ਕੈਮਰੇ 'ਚ ਬੰਦੇ ਆ ਗਏ ਨੇ ਉਹ? ਹਾਂਜੀ। ਕਿੰਨੇ ਬੰਦੇ ਜਿਹੜੇ ਵਾਰਦਾਤ ਕਾਰਨ ਹੈ? ਦੋ ਬੰਦੇ ਜੀ ਜਿਹੜੇ ਜੀ, ਮੇਰਾ ਗਲੈਂਪਰ ਮੋਟਰਸਾਈਕਲ ਹੀ ਹੁੰਦਾ। ਠੀਕ ਹੈ ਜੀ। ਅਤੇ ਬੇਟੀ ਜਾ ਰਹੀ ਇੱਥੋਂ ਉਹਨਾਂ ਦੇ ਕੋਲ, ਅਚਾਨਕ ਹੀ ਮੋਬਾਈਲ ਖੋ ਗਏ। ਮੈਂ ਪ੍ਰਸ਼ਾਸਨ ਨੂੰ ਬੇਨਤੀ ਚਾਹੁੰਦਾ ਕਰ ਰਹੀ ਕਿ ਦੇਖੋ ਆਹ ਨਾਕਾ ਘਾ ਮੰਡੀ ਚੁੰਗੀ ਸਾਈਡ 'ਤੇ ਆ, ਕਾਲਾ ਸਿੰਘ ਰੋਡ 'ਤੇ ਆ, ਵਗਦੇ ਰਾਹ ਵਿੱਚੋਂ ਇਹੋ ਜਿਹੇ ਵਾਰਦਾਤ ਹੁੰਦੀਆਂ। ਪੁਲਿਸ ਨੂੰ ਚਾਹੀਦਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਇਹੋ ਜਿਹੇ ਨਾਕੇ ਲਾ ਕੇ ਜਿਹੜੇ ਨਸ਼ਾ ਪੱਤੇ ਜਿਹੜੇ ਸਨੈਚਰ ਆ ਉਹਨਾਂ ਨੂੰ ਕਬਜ਼ਾ ਕੀਤਾ ਜਾਵੇ ਤਾਂ ਕਿ ਦੁਨੀਆ ਪੜ੍ਹੀ ਪਛਾਣ ਨਾ। ਕਿਹੜਾ ਥਾਣਾ ਕਿਹੜਾ ਪੈਂਦਾ ਇਹਨਾਂ ਨੂੰ? ਇਹ ਜੀ ਭਾਰਤ ਗੰਜ ਥਾਣਾ। ਪੁਲਿਸ ਕੰਪਲੇਂਟ ਕਰਤੀ ਜੀ? ਹਾਂਜੀ ਹਾਂ, ਪੁਲਿਸ ਕੰਪਲੇਂਟ ਕੀਤੀ ਅਤੇ ਫਾਦਰ ਸਾਹਿਬ ਗਏ ਹੋਰ ਮਦਰ ਸਾਹਿਬ ਗਏ ਜੀ। ਠੀਕ ਹੈ। ਉਸ ਤੋਂ ਬਾਅਦ ਇਹਦਾ ਜਿਹੜਾ ਜਿਹੜੀ ਬੰਦੀ ਕਰ ਰਹੀ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਬੇਟੀ ਸਕੂਲ ਜਾਂਦੀ ਉਹਨਾਂ ਦਾ ਹੱਲ ਕੀਤੀ ਜਾਵੇ। ਫਿਲਹਾਲ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਹੁਣ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਜੁਟ ਗਈ ਹੈ। ਇਹ ਲੜਕੀ ਕਸੂਰ ਹੈ, ਕੁਝ ਪੜ੍ਹ ਕੇ ਆਈ ਸੀ, ਜਦੋਂ ਪੜ੍ਹ ਕੇ ਜਦੋਂ ਆਪਣੇ ਪੰਪ ਦੇ ਕੋਲ ਘਰ ਸੀ ਉੱਪਰੇ ਪਿੱਛੇ ਨੌਜਵਾਨ ਕੋਈ ਬਿਨਾਂ ਮੋਟਰਸਾਈਕਲ ਲਿਆ ਜਿਸਦਾ ਮੋਟਰਸਾਈਕਲ ਬਾਰੇ ਉਹਨੂੰ ਪਤਾ ਹੈਗਾ, ਪਰ ਆਪਾਂ ਫਿਰ ਵੀ ਕੈਮਰਿਆਂ ਦੀ ਚੈੱਕਅਪ ਕਰਕੇ ਅਤੇ ਜੋ ਵੀ ਉਹਨਾਂ ਦੀ ਵਰਤਾ ਹੋਣ ਦੀ ਕਾਰਵਾਈ। ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ, ਹਮਦਰਦ ਟੀਵੀ।